ਆਕਲੈਂਡ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਗੁੰਮਸ਼ੁਦਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਸੰਬੰਧੀ ਕਾਉਂਟੀ ਸਮੈਨਕਾਓ ਪੁਲਿਸ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ। ਇਸ ਨੌਜਵਾਨ ਦਾ ਨਾਮ ਹਰਿੰਦਰ ਚੰਦੇਲ ਦੱਸਿਆ ਜਾ ਰਿਹਾ ਹੈ, ਜੋ ਕਿ 36 ਸਾਲ ਦਾ ਸੀ ਤੇ ਬੀਤੀ 31 ਮਈ ਤੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਹਰਿੰਦਰ ਚੰਦੇਲ ਦੀ ਪਤਨੀ ਵੱਲੋਂ ਵੀ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਆਪਣੀ ਪਤੀ ਦੀ ਭਾਲ 'ਚ ਲੋਕਾਂ ਵੱਲੋਂ ਮਦਦ ਮੰਗੀ ਗਈ ਹੈ। ਹਰਿੰਦਰ ਦੀ ਪਤਨੀ ਸੀਓ ਲੋਲੋਵਾਓ ਚੰਦੇਲ ਨੇ ਇਸ ਸੰਬੰਧੀ ਦੱਸਿਆ ਹੈ ਕਿ 31 ਤਰੀਕ ਨੂੰ ਉਸਦਾ ਪਤੀ ਹਰਿੰਦਰ ਚੰਦੇਲ ਉਹਨਾਂ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ, ਜਿਸ ਨੇ ਕਿ ਘਰੋਂ ਨਿਕਲਣ ਸਮੇਂ ਬਲੈਕ ਹੁੱਡੀ, ਪਜਾਮਾ ਤੇ ਲਾਲ ਟੋਪੀ ਪਾਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਇੰਗਲਿਸ਼, ਹਿੰਦੀ, ਪੰਜਾਬੀ ਬੋਲ ਲੈਂਦਾ ਹੈ ਤੇ ਡਿਪਰੈਸ਼ਨ ਦਾ ਮਰੀਜ਼ ਸੀ। ਹਰਿੰਦਰ ਚੰਦੇਲ ਦੇ ਗੁੰਮ ਹੋਣ ਪਿੱਛੋਂ ਉਸਦੇ 2 ਬੱਚੇ ਤੇ ਪਤਨੀ ਚਿੰਤਤ ਦੱਸੇ ਜਾ ਰਹੇ ਨੇ, ਜਿਨ੍ਹਾਂ ਵੱਲੋਂ ਹੁਣ ਪੁਲਿਸ ਤੇ ਭਾਈਚਾਰੇ ਕੋਲੋਂ ਹਰਿੰਦਰ ਦੀ ਭਾਲ ਲਈ ਮਦਦ ਮੰਗੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰੋਂ ਨਿਕਲਣ ਸਮੇਂ ਆਪਣਾ ਫੋਨ ਤੇ ਹੋਰ ਸਮਾਨ ਵੀ ਹਰਿੰਦਰ ਘਰੇ ਹੀ ਛੱਡ ਗਿਆ। ਹਰਿੰਦਰ ਮੈਂਟਲ ਹੈਲਥ ਇਸ਼ੂਜ਼ ਦੀਆਂ ਕਈ ਪ੍ਰੋਬਲਮ ਦੇ ਨਾਲ ਜੂਝ ਰਿਹਾ ਸੀ। ਫਿਲਹਾਲ ਹੁਣ ਪੁਲਿਸ ਵੱਲੋਂ ਉਸਦੀ ਵੱਖ-ਵੱਖ ਜਗ੍ਹਾ ਦੇ ਉੱਤੇ ਭਾਲ ਕੀਤੀ ਜਾ ਰਹੀ ਹੈ। ਆਕਲੈਂਡ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਗੁੰਮਸ਼ੁਦਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਸੰਬੰਧੀ ਕਾਉਂਟੀ ਸਮੈਨਕਾਓ ਪੁਲਿਸ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ। ਇਸ ਨੌਜਵਾਨ ਦਾ ਨਾਮ ਹਰਿੰਦਰ ਚੰਦੇਲ ਦੱਸਿਆ ਜਾ ਰਿਹਾ ਹੈ, ਜੋ ਕਿ 36 ਸਾਲ ਦਾ ਸੀ ਤੇ ਬੀਤੀ 31 ਮਈ ਤੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਹਰਿੰਦਰ ਚੰਦੇਲ ਦੀ ਪਤਨੀ ਵੱਲੋਂ ਵੀ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਆਪਣੀ ਪਤੀ ਦੀ ਭਾਲ 'ਚ ਲੋਕਾਂ ਵੱਲੋਂ ਮਦਦ ਮੰਗੀ ਗਈ ਹੈ। ਹਰਿੰਦਰ ਦੀ ਪਤਨੀ ਸੀਓ ਲੋਲੋਵਾਓ ਚੰਦੇਲ ਨੇ ਇਸ ਸੰਬੰਧੀ ਦੱਸਿਆ ਹੈ ਕਿ 31 ਤਰੀਕ ਨੂੰ ਉਸਦਾ ਪਤੀ ਹਰਿੰਦਰ ਚੰਦੇਲ ਉਹਨਾਂ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ, ਜਿਸ ਨੇ ਕਿ ਘਰੋਂ ਨਿਕਲਣ ਸਮੇਂ ਬਲੈਕ ਹੁੱਡੀ, ਪਜਾਮਾ ਤੇ ਲਾਲ ਟੋਪੀ ਪਾਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਇੰਗਲਿਸ਼, ਹਿੰਦੀ, ਪੰਜਾਬੀ ਬੋਲ ਲੈਂਦਾ ਹੈ ਤੇ ਡਿਪਰੈਸ਼ਨ ਦਾ ਮਰੀਜ਼ ਸੀ। ਹਰਿੰਦਰ ਚੰਦੇਲ ਦੇ ਗੁੰਮ ਹੋਣ ਪਿੱਛੋਂ ਉਸਦੇ 2 ਬੱਚੇ ਤੇ ਪਤਨੀ ਚਿੰਤਤ ਦੱਸੇ ਜਾ ਰਹੇ ਨੇ, ਜਿਨ੍ਹਾਂ ਵੱਲੋਂ ਹੁਣ ਪੁਲਿਸ ਤੇ ਭਾਈਚਾਰੇ ਕੋਲੋਂ ਹਰਿੰਦਰ ਦੀ ਭਾਲ ਲਈ ਮਦਦ ਮੰਗੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰੋਂ ਨਿਕਲਣ ਸਮੇਂ ਆਪਣਾ ਫੋਨ ਤੇ ਹੋਰ ਸਮਾਨ ਵੀ ਹਰਿੰਦਰ ਘਰੇ ਹੀ ਛੱਡ ਗਿਆ। ਹਰਿੰਦਰ ਮੈਂਟਲ ਹੈਲਥ ਇਸ਼ੂਜ਼ ਦੀਆਂ ਕਈ ਪ੍ਰੋਬਲਮ ਦੇ ਨਾਲ ਜੂਝ ਰਿਹਾ ਸੀ। ਫਿਲਹਾਲ ਹੁਣ ਪੁਲਿਸ ਵੱਲੋਂ ਉਸਦੀ ਵੱਖ-ਵੱਖ ਜਗ੍ਹਾ ਦੇ ਉੱਤੇ ਭਾਲ ਕੀਤੀ ਜਾ ਰਹੀ ਹੈ। ਆਕਲੈਂਡ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਗੁੰਮਸ਼ੁਦਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਸੰਬੰਧੀ ਕਾਉਂਟੀ ਸਮੈਨਕਾਓ ਪੁਲਿਸ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ। ਇਸ ਨੌਜਵਾਨ ਦਾ ਨਾਮ ਹਰਿੰਦਰ ਚੰਦੇਲ ਦੱਸਿਆ ਜਾ ਰਿਹਾ ਹੈ, ਜੋ ਕਿ 36 ਸਾਲ ਦਾ ਸੀ ਤੇ ਬੀਤੀ 31 ਮਈ ਤੋਂ ਉਸਦੀ ਭਾਲ ਕੀਤੀ ਜਾ ਰਹੀ ਹੈ। ਹਰਿੰਦਰ ਚੰਦੇਲ ਦੀ ਪਤਨੀ ਵੱਲੋਂ ਵੀ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਆਪਣੀ ਪਤੀ ਦੀ ਭਾਲ 'ਚ ਲੋਕਾਂ ਵੱਲੋਂ ਮਦਦ ਮੰਗੀ ਗਈ ਹੈ। ਹਰਿੰਦਰ ਦੀ ਪਤਨੀ ਸੀਓ ਲੋਲੋਵਾਓ ਚੰਦੇਲ ਨੇ ਇਸ ਸੰਬੰਧੀ ਦੱਸਿਆ ਹੈ ਕਿ 31 ਤਰੀਕ ਨੂੰ ਉਸਦਾ ਪਤੀ ਹਰਿੰਦਰ ਚੰਦੇਲ ਉਹਨਾਂ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ, ਜਿਸ ਨੇ ਕਿ ਘਰੋਂ ਨਿਕਲਣ ਸਮੇਂ ਬਲੈਕ ਹੁੱਡੀ, ਪਜਾਮਾ ਤੇ ਲਾਲ ਟੋਪੀ ਪਾਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਇੰਗਲਿਸ਼, ਹਿੰਦੀ, ਪੰਜਾਬੀ ਬੋਲ ਲੈਂਦਾ ਹੈ ਤੇ ਡਿਪਰੈਸ਼ਨ ਦਾ ਮਰੀਜ਼ ਸੀ। ਹਰਿੰਦਰ ਚੰਦੇਲ ਦੇ ਗੁੰਮ ਹੋਣ ਪਿੱਛੋਂ ਉਸਦੇ 2 ਬੱਚੇ ਤੇ ਪਤਨੀ ਚਿੰਤਤ ਦੱਸੇ ਜਾ ਰਹੇ ਨੇ, ਜਿਨ੍ਹਾਂ ਵੱਲੋਂ ਹੁਣ ਪੁਲਿਸ ਤੇ ਭਾਈਚਾਰੇ ਕੋਲੋਂ ਹਰਿੰਦਰ ਦੀ ਭਾਲ ਲਈ ਮਦਦ ਮੰਗੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰੋਂ ਨਿਕਲਣ ਸਮੇਂ ਆਪਣਾ ਫੋਨ ਤੇ ਹੋਰ ਸਮਾਨ ਵੀ ਹਰਿੰਦਰ ਘਰੇ ਹੀ ਛੱਡ ਗਿਆ। ਹਰਿੰਦਰ ਮੈਂਟਲ ਹੈਲਥ ਇਸ਼ੂਜ਼ ਦੀਆਂ ਕਈ ਪ੍ਰੋਬਲਮ ਦੇ ਨਾਲ ਜੂਝ ਰਿਹਾ ਸੀ। ਫਿਲਹਾਲ ਹੁਣ ਪੁਲਿਸ ਵੱਲੋਂ ਉਸਦੀ ਵੱਖ-ਵੱਖ ਜਗ੍ਹਾ ਦੇ ਉੱਤੇ ਭਾਲ ਕੀਤੀ ਜਾ ਰਹੀ ਹੈ।